ਭਰਿਆ ਇਹਦੇ ਨਾਲ ਹੀ ਅੱਛਾ ਹੈ ਲੱਖ ਤੋਂ ਥੱਲੇ ਥੱਲੇ ਲੈ ਆਈ ਦੇ ਨੇ 80000 75000 ਦੇ ਵਿੱਚ ਵੀ ਤੇ ਲੱਖ ਤੋਂ ਉੱਤੇ ਚਲੇ ਜਾਂਦੇ ਨੇ 25 30000 ਨਗ ਦੇ ਜਾਂਦਾ ਤੇ ਨਾ ਚੋਂ ਮਹੀਨਿਆਂ ਦੇ ਵਿੱਚ ਪਹਿਲੀ ਦਫਾ 15 ਬੱਚੇ ਜਨਾਬ ਤਕਰੀਬਨ ਕੋ 5 ਕੋ ਲੱਖ ਇਸ ਸਾਲ ਤੇ ਫਿਲਹਾਲ 13 ਕੋ ਜਾਨਵਰ ਲਿਆਂਦੇ ਨੇ ਜਨਾਬ ਮਾਸ਼ਾਅੱਲਾ 13 ਦੇ ਵਿੱਚੋਂ 7 ਇਸ ਟਾਈਮ ਖੜੇ ਨੇ ਬਾਕੀ فروਕਤ ਹੋਏ ਨੇ ਅਸਲਾਮ ਅਲੈਕਮ ਵਾਲੇਕਮ ਸਲਾਮ ਜੀ ਜਨਾਬ ਕੀ ਹਾਲ ਚਾਲ ਨੇ ਠੀਕ ਠਾਕ ਜਨਾਬ ਸ਼ੁਕਰ ਅੱਲਾ ਤੋਂ ਮਾਸ਼ਾਅੱਲਾ ਅਲਹਮਦੁਲਿਲਾ ਸਭ ਤੋਂ ਪਹਿਲਾਂ ਤਰਾ ਆਪਣਾ ਮੁਖਤਸਰ ਤਾਰਫ ਤੇ ਕਰਵਾ ਦਿਓ ਜਨਾਬ ਮਮਦ ਦਾ ਨਾਮ ਮੇਰਾ ਨਾਮ ਹੈ ਤਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਤੇ ਪਿੰਡ ਗੋਵਿੰਦਕੇ ਪਿੰਡ ਗੋਵਿੰਦਕੇ ਤੇ ਸਰ ਨਹਿਰ ਦੇ ਪੁਲ ਤੇ ਡੇਰਾ ਜੀ ਨਹਿਰ ਦੇ ਪੁਲ ਤੇ ਡੇਰਾ ਹੋ ਗਿਆ ਮਾਸ਼ਾਅੱਲਾ ਇਹ ਦੱਸ ਸਕਦੇ ਹੋ ਕਿ ਤੁਹਾਡਾ ਵੱਛਿਆਂ ਦਾ ਫਾਰਮ ਵੱਛਿਆਂ ਦਾ ਕੰਮ ਕਿਦੋਂ ਦੇ ਕਰ ਰਹੇ ਹੋ ਜਨਾਬ 2 ਸਾਲ ਹੋ ਗਏ 2 ਸਾਲ ਦਾ ਤਜਰਬਾ ਬੱਚਿਆਂ ਦਾ ਕਿੱ사 ਰਿਹਾ ਹੈ ਜਰਾ ਖੋਲ ਢੋਲ ਕੇ ਦੱਸੋ ਬਹੁਤ ਅੱਛਾ ਹੈ ਅਲਹਮਦੁਲਿਲਾ ਬਹੁਤ ਅੱਛਾ ਹੈ ਕਿਸ ਲਿਹਾਜ਼ ਨਾਲ ਅੱਛਾ ਹੈ ਥੋੜੀ ਜਿਹੀ ਵਜ਼ਾਹਤ ਕਰੋ ਰਿਹਾ ਹੈ ਲਿਹਾਜ਼ ਨਾਲ ਹੀ ਅੱਛਾ ਹੈ ਬਹੁਤ ਹੀ ਅੱਛਾ ਹੈ ਦੇ ਵਿੱਚ ਲੱਖ ਤੋਂ ਥੱਲੇ ਥੱਲੇ ਲੈ ਆਈ ਦੇ ਨੇ 80000 75000 ਦੇ ਵਿੱਚ ਵੀ ਤੇ ਲੱਖ ਤੋਂ ਉੱਤੇ ਚਲੇ ਜਾਂਦੇ ਨੇ 25 30000 ਨਗ ਦੇ ਜਾਂਦਾ ਤੇ ਨਾ ਚੋਂ ਮਹੀਨਿਆਂ ਦੇ ਵਿੱਚ ਬਹੁਤ ਅੱਛਾ ਅੱਛਾ ਪਹਿਲੀ ਦਫਾ ਬੱਚੇ ਕਿੰਨੇ ਲੈ ਕੇ ਆਏ ਸੋ ਪਹਿਲੀ ਦਫਾ 15 ਬੱਚੇ ਜਨਾਬ ਅੰਦਾਜ਼ਾ ਦੱਸ ਸਕਦੇ ਹੋ ਦਾ ਰਫ ਕੇ 15 ਬੱਚਿਆਂ ਦੇ ਵਿੱਚੋਂ ਤੁਹਾਨੂੰ ਕੀ ਲੱਭਾ? ਤਕਰੀਬਨ ਕੋ 5 ਕੋ ਲੱਖ। ਚਲੋ ਜੀ ਮਾਸ਼ਾਅੱਲਾ ਅੱਲਾਹ ਪਾਕ ਹੋਰ ਬਰਕਤ ਦੇ। ਇਸ ਸਾਲ ਤੁਹਾਡਾ ਕੀ ਪਲਾਨ ਹੈ? ਕਿੰਨੇ ਕੋ ਜਾਨਵਰ ਲਿਆਂਦੇ ਨੇ? ਕਿੰਨੇ ਕੋ ਲੈਉਣੇ ਨੇ? ਇਸ ਸਾਲ ਤੇ ਫਿਲਹਾਲ 13 ਕੋ ਜਾਨਵਰ ਲਿਆਂਦੇ ਨੇ ਜਨਾਬ। ਮਾਸ਼ਾਅੱਲਾ। 13 ਦੇ ਵਿੱਚੋਂ 7 ਇਸ ਟਾਈਮ ਖੜੇ ਨੇ। ਬਾਕੀ ਫਰੋਖਤ ਹੋ ਗਏ ਨੇ। ਬਾਕੀ ਤੁਸੀਂ ਹੁਣੇ ਫਰੋਖਤ ਕਰ ਦਿੱਤੇ ਨੇ। ਈ ਤੇ ਬੜੀ ਦੂਰ ਹੈ। ਹੁਣੇ ਫਰੋਖਤ ਕਰ ਦਿੱਤੇ ਨੇ। ਚਲੋ ਮਾਸ਼ਾਅੱਲਾ ਅੱਗੋਂ ਦਾ ਕੀ ਪਲਾਨ ਜੇ ਬੱਚਿਆਂ ਦਾ ਹੋਰ ਲਿਆਣੇ ਨੇ ਅੱਗੋਂ ਜਨਾਬ ਇਨਸ਼ਾਅੱਲਾ ਨੇੜੇ ਜਾ ਕੇ ਹੁਣ ਲਿਆਵਾਂਗੇ ਕਿਉਂਕਿ ਉਨੀ ਪ੍ਰਾਪਰਟੀ ਨੇੜੇ ਜਾ ਕੇ ਲੱਭੇਗੀ ਉਨੀ ਹੁਣ ਲੱਭੇਗੀ ਜਿੰਨੀ ਕੁ ਮੰਗਾਈ ਹੋ ਰਹੀ ਹੈ ਤੁਹਾਡੇ ਸਾਹਮਣੇ ਹੀ ਹਾਂ ਬਿਲਕੁਲ ਬਿਲਕੁਲ ਅੱਛਾ ਸਰ ਇਹ ਦੱਸੋ ਕਿ ਬੱਚੇ ਖਰੀਦਣ ਦਾ ਕੀ ਤਰੀਕਾ ਕਰ ਰਹੇ ਕਿੱਥੋਂ ਖਰੀਦਦੇ ਹੋ ਕੀ ਕਰਦੇ ਹੋ ਕਿਹਨ ਇਕੱਠੇ ਕਰਦੇ ਹੋ ਨਾ ਮੁxtਲਫ ਮੰਡੀਆਂ ਦੇ ਵਿੱਚੋਂ ਕਦੀ ਲਾਹੌਰ ਕਦੀ ਮੱਲੂ ਮੋੜ ਕਦੀ ਮਲਤਾਨ ਕਦੀ ਡੇਰਾ ਗਾਜ਼ੀ ਖਾਨ ਜਿੱਥੋਂ ਈਜ਼ੀ ਲੱਭ ਜੇ ਜਿੱਥੋਂ ਪਸੰਦ ਆਏ ਵੱਡੀ ਵੇਲ ਦਾ ਬੱਚਾ ਲਵੋ ਇਹਨਾਂ نسل نسل ਦੇ ਵਿੱਚ ਮੈਟਰ ਕਰਦਾ ਸਾਈਡ ਵਾਲ ਨਸਲ ਜ਼ਿਆਦਾ ਇੱਧਰ ਸਾਡੇ ਇਲਾਕੇ ਦੇ ਲੋਕੀ ਪਸੰਦ ਕਰਦੇ ਨੇ ਉਹ ਹੀ ਲੈ ਜੀ ਦੀ ਠੀਕ ਹੋ ਗਿਆ ਐਵਰੇਜ ਕਿੰਨਾ ਕੁ ਵਜ਼ਨ ਤੇ ਕਿੰਨੀ ਕੁ ਉਮਰ ਦਾ ਬੱਚਾ ਇਕੱਠਾ ਕਰਦੇ ਹੋ ਜਦੋਂ ਖਰੀਦੇ ਹੋ 2 ਤੋਂ 2.5 ਮਨ ਦਾ ਬੱਚਾ ਲੈ ਕੇ ਆਈਦਾ ਹਮ 4 ਤੋਂ 5 ਮਨ ਤੱਕ ਜਿਹੜਾ ਚਲਾ ਜਾਂਦਾ ਚਲੋ ਮਾਸ਼ਾਅੱਲਾ ਇਹ ਦੱਸ ਸਕਦੇ ਹੋ ਕਿ ਬੱਚੇ ਦੀ ਤਿਆਰੀ ਲਈ ਤੁਸੀਂ ਕੋਈ ਖਾਸ ਗੁਣ ਲਾਉਂਦੇ ਹੋ ਜਾਂ ਆਮ ਕੋਈ ਨਹੀਂ ਜਨਾਬ ਆਮ ਪੱਠਾ ਹੈ ਸਾਈਲੇਜ ਬਣਾਇਆ ਹੈ ਸਾਈਲੇਜ ਪਾਈਦਾ ਹੈ ਹਮ ਤੇ ਉਸ ਤੋਂ ਇਲਾਵਾ ਵੰਡਾ ਇਹਦਾ گوشਤ ਵਾਲਾ ਉਹ ਭਾਈ ਦਾ ਠੀਕ ਹੋ ਗਿਆ ਠੀਕ ਹੈ ਲੇਕਿਨ ਉਹਦੇ ਦੇ ਹੱਥ ਥੋੜਾ ਹੀ ਰਕੀਦਾ ਹੈ ਅੱਛਾ ਫਰੀ ਵਾਲਾ ਕੰਮ ਕੋਸ਼ਿਸ਼ ਕਰੀ ਰਹੀ ਜਿਹਦੇ ਨਾਲ ਹੋ ਜੇ ਬਿਹਤਰ ਹੋ ਗਿਆ ਇਹਦੇ ਚ ਦੋ ਦੰਦ ਚਾਰ ਦੰਦ ਛੇ ਦੰਦ ਦੀ ਗੱਲ ਹੁੰਦੀ ਹੈ ਤੇ ਤੁਸੀਂ ਕਿਨੂੰ ਪ੍ਰੈਫਰ ਕਰਦੇ ਹੋ ਇਸ ਕੰਮ ਕਰਨ ਲਈ ਜਦੋਂ ਲੈ ਕੇ ਆਈਦਾ ਜਨਾਬ ਉਹ ਤੇ ਖੀਰਾ ਹੀ ਲੈ ਆਈਦਾ ਪਿੱਛੇ ਦੋਂਦਾ ਵੀ ਲੱਭ ਜਾਂਦਾ ਤੇ ਦੋਂਦੇ ਤੋਂ ਵੱਡਾ ਨਹੀਂ ਲੈ ਆਈਦਾ ਦੋਂਦਾ ਹੀ ਠੀਕ ਹੈ ਕੁਰਬਾਨੀ ਲਈ ਲੈ ਆਈਦਾ ਹਮ ਹਮ ਉਸ ਤੋਂ ਜ਼ਿਆਦਾ ਨਹੀਂ ਅਸੀਂ ਲੈਂਦੇ ਅੱਛਾ ਇਹ ਦੱਸ ਦਿਓ ਕਿ ਵੱਛਿਆਂ ਦੇ ਕੰਮ ਦੇ ਫਾਇਦੇ ਤੇ ਅਸੀਂ ਫੋਰੀ ਤੌਰ ਤੇ ਬਿਆਨ ਕਰ ਦਿੱਤੇ ਜੀ ਬੜੇ ਜੇ ਦੋਸਤ ਫਾਇਦਿਆਂ ਨੂੰ ਵੇਖ ਕੇ ਤੇ ਇਸ ਕੰਮਾਂ ਲਾ ਜਾਂਦੇ ਨੇ ਜੀ ਜੀ ਕੁਝ ਖਤਰات ਵੀ ਹੋਣਗੇ ਖਤਸ਼ਾਤ ਵੀ ਹੋਣਗੇ احتیاطا ਵੀ ਹੋਣਗੀਆਂ ਜਿਨ੍ਹਾਂ ਨੂੰ ਮਦਦ ਨਾ ਰੱਖਣਾ ਚਾਹੀਦਾ ਉਹ ਥੋੜੀ ਜੀ ਵਿਆਖਿਆਤ ਕਰੋ ਜਨਾਬ ਆਉਣਾਂ ਦੇ ਆਉਂਦੇ ਹੀ ਇਹਨਾਂ ਦੇ ਜਿਹੜੀ ਇਨਵੈਸਟ ਆਪਣਾ ਟੀਕੇ ਲੱਗਣਗੇ ਇਹਨਾਂ ਨੂੰ ਡਰਮਿੰਗ ਕਰਨੀ ਪਵੇਗੀ ਕਿਉਂਕਿ ਕੋਈ ਸਟਿਚੜ ਇਹ ਉਹ ਜੋ ਵੀ ਕੋਈ ਇਹਨਾਂ ਦੀ ਬਿਮਾਰੀ ਹੋਏਗੀ ਦੂਰ ਹੋ ਜਾਏਗੀ ਉਹਨੂੰ ਆਫਵਾਸ ਦੀ ਟੀਕੇ ਕਹਿ ਲੋ ਜੋ ਵੀ ਕਹਿ ਲੋ ਉਹ ਕਰਨੀ ਪਏਗੀ ਤੇ ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਕੋਈ ਬਿਮਾਰੀ ਨਹੀਂ ਹੁੰਦੀ ਅੱਛਾ ਸਰ ਤੁਸੀਂ ਦੱਸਿਆ ਕਿ ਤਕਰੀਬਨ ਲੱਖ ਤੋਂ ਥੱਲੇ ਥੱਲੇ ਲੈਾਈ ਦਾ ਲੱਖ ਤੋਂ ਉੱਤੇ ਸੇਲ ਕਰਦੇ ਦਾ ਚਲੋ 15 ਤੋਂ 20 ਹਜ਼ਾਰ ਇੱਕ ਬੱਚੇ ਦੇ ਪਿੱਛੇ ਅੰਦਾਜ਼ਾ ਲਾ ਲਵੋ ਹਾਂਜੀ ਤਕਰੀਬਨ ਚਲੋ ਜ਼ਿਆਦਾ ਹੀ ਹੈ ਖਰਚਾ ਕਿੰਨਾ ਕੁ ਹੋ ਜਾਂਦਾ ਹੈ ਤੁਹਾਡਾ ਇੱਕ ਬੱਚੇ ਦੇ ਮਗਰ ਖਰੀਦ ਕੇ ਤੇ ਵੇਚਣ ਤੱਕ ਖਰਚਾ ਅਗਰ ਤੇ ਪੱਠਿਆਂ ਤੇ ਖਾਲੀ ਲਓ ਤੇ 200 300 ਲਾਓ ਪਰ ਡੇ ਦਾ ਪਰ ਡੇ ਦਾ 200 ਤੇ ਲਾਓ ਅਗਰ ਵੰਡਾ ਪਾਓਗੇ ਤੇ ਜ਼ਿਆਦਾ ਹੋ ਜਾਏਗਾ ਜਿੰਨਾ ਪਾਓਗੇ ਉਨਾ ਮਿੱਠਾ ਹੋਣਾ ਆਪਣੇ ਹਿਸਾਬ ਨਾਲ ਮਤਲਬ ਜਿਸ ਤਰ੍ਹਾਂ ਦੀ ਤਿਆਰੀ ਤੁਸੀਂ ਕਰਨਾ ਚਾਹੋ ਕਈ ਲੋਕ ਆਲੂ ਪਾ ਕੇ ਕਰ ਲੈਂਦੇ ਨੇ ਜਨਾਬ ਕਈ ਲੋਕ ਵੰਡਾ ਪਾ ਕੇ ਕਰ ਲੈਂਦੇ ਨੇ ਅਸੀਂ ਸਾਇਲੇਜ ਬਣਾਇਆ ਹੈ ਸਾਇਲੇਜ ਤੇ ਕਰ ਲਈਦਾ ਚਲੋ ਬਸ ਨਾਰਮਲ ਪੱਠੇ ਪਾਈ ਦੇਣ ਮਾਸ਼ਾਅੱਲਾ ਬਿਹਤਰ ਹੋ ਗਿਆ ਸਾਨੂੰ ਇਹ ਵੀ ਦੱਸ ਦੇ ਚਲੋ ਕਿ ਅਗਰ ਕੋਈ ਬੰਦਾ ਤੁਹਾਡੇ ਕੋਲ ਵਿਜ਼ਿਟ ਕਰਨਾ ਚਾਹੇ ਵੱਛਾ ਖਰੀਦਣਾ ਚਾਹੇ ਤੇ ਕਿੱਥੇ ਆਏ ਕਿਸ ਤਰੀਕੇ ਨਾਲ ਜਨਾਬ ਦਸਕੇ ਤੋਂ ਅਗਰ ਆਏਗਾ ਤੇ ਸਟਾਪ ਬਰਾਸਤਾ ਰੰਜਾਈ ਗੁਜਰਾਂ ਵਾਲਾ ਰੋਡ ਅਗੋ ਬੁਰਾ ਚੀਮਾ ਬੁਰਾ ਚੀਮਾ ਤੋਂ ਆਪ ਨਹਿਰ ਦੇ ਪੋਲ ਤੇ ਜੀ ਬਿਹਤਰ ਹੋ ਗਿਆ ਜੇ ਅਗਰ ਗੁਜਰਾਂ ਵਾਲੇ ਆਏ ਤੇ ਨੰਦੀਪੁਰ ਨਹਿਰ ਸਟਾਪ ਜਿਹੜਾ ਉਥੋਂ ਠੱਕਰ ਕੇ ਗਾਲਬ ਕੇ ਬਰਾਸਤਾ ਗੋਇੰਦ ਕੇ ਉਥੋਂ ਆ ਕੇ ਜਨਾਬ ਪੁੱਛ ਲਵੋ ਅੱਛਾ ਸਰ ਬੜੇ ਜਿਹੜੇ ਫਾਇਦੇ ਦੇ ਨੁਕਸਾਨ ਦੀਆਂ ਗੱਲਾਂ ਹੋ ਗਈਆਂ ਹੁਣ ਸਾਨੂੰ ਇਹ ਦੱਸੋ ਕਿ ਇਹਨਾਂ ਜਾਨਵਰਾਂ ਨੂੰ ਤੁਸੀਂ ਫਰੋਖਤ ਕਿਸ ਤਰੀਕੇ ਨਾਲ ਕਰਦੇ ਹੋ ਇੱਥੇ ਆ ਕੇ ਲੋਕ ਖਰੀਦਦੇ ਨੇ ਜ਼ਿਆਦਾ ਜਨਾਬ ਇੱਥੇ ਹੀ ਵਿਕ ਜਾਂਦੇ ਨੇ ਸਾਡੇ ਪਿਛਲੀ ਦਫਾ ਵੀ ਸਾਡੇ ਕੋਲ 4-5 ਪੀਸ ਰਹਿ ਗਏ ਸਨ ਤੇ ਅਸੀਂ ਦਸਕੇ ਲੱਗ ਗਏ ਸੀ ਜਨਾਬ ਹਮ ਹਮ ਠੀਕ ਹੈ ਬਾਕੀ ਇੱਥੇ ਹੀ ਸਾਡਾ ਮਾਲ ਵਿਕ ਗਿਆ ਸੀ ਆਇਂਦਾ ਫਿਊਚਰ ਦਾ ਤੁਹਾਡਾ ਕੀ ਪਲਾਨ ਹੈ ਇਸ ਕੰਮ ਨੂੰ ਵਧਾਓਗੇ ਘਟਾਓਗੇ ਕੀ ਕਰੋਗੇ ਇਨਸ਼ਾਅੱਲਾ ਜਨਾਬ ਜ਼ਰੂਰ ਵਧਾਵਾਂਗੇ ਪਹਿਲੇ ਅਸੀਂ ਚਲੋ ਇੱਥੇ ਰਹਿੰਦੇ ਨਹੀਂ ਸੀ ਹੁਣ ਮੁਸਲਸਰ ਰਾਂਗੇ ਇਹਨੂੰ ਇਨਸ਼ਾਅੱਲਾ ਜ਼ਿਆਦਾ ਹੀ ਕਰਾਂਗੇ ਚਲੋ ਜੀ ਅੱਲਾ ਪਾਕ ਤੁਹਾਨੂੰ ਮਜ਼ੀਦ ਕਾਮਯਾਬੀਆਂ عطا فرمਾਏ ਸਰ ਬੜੀ ਬੜੀ ਮਿਹਰਬਾਨੀ ਸ਼ੁਕਰੀਆ ਅੱਲਾ ਹਾਫਿਜ਼